ਦੇਖ ਰਹੇ ਨਾ ਆਪ ਕਿਸਾਨ ਕਿਆ ਤਮਾਸ਼ਾ ਕਰ ਰਹੇ ਆਂ ਦੇਖ ਰਹੇ ਨਾ ਆਪ ਕਿਸਾਨ ਕਿਆ ਤਮਾਸ਼ਾ ਕਰ ਰਹੇ ਆਂ ਜਿਪਟਾ ਕਾਮਲੇ ਮਾ ਟੰਟ ਕਟਰ ਜਿਦੇ ਵੀ ਗਿਬਿਲੀ ਬਣ ਗਿਆ ਅਗਲੇ ਦਿਨ ਕਿਸਾਨਾਂ ਨੇ ਲੋਕਤੰਤਰ ਕਿਆ ਤਕਰਦੀ ਕਿਸਾਨ ਨੇ ਮਨਾ ਆਪਣਾ ਛਾਤੀ ਮਨਾ ਪੇਟ ਲਿਓ ਟਰੱਕਰ ਬੈਟ ਗਿਆ ਸਿਲੰਡਰ ਕੇ ਕੰਦੇ ਬਿਠਾਗਾ ਸਮਰੀਤੇ ਨਾ ਕਿ ਲੋ ਕਪੜੇ ਮਨਾ ਕਾੜ ਲਿਓ ਆਪਣੇ ਉਹ ਕਿਸਾਨ ਕੇ ਕਪੜੇ ਮਨਾ ਪੈਰ ਕਾ ਦਿਖਾ ਦਈਏ ਇਹਦੇ ਸਾਰੇ ਮਨਾ ਸਾਰੇ ਨਾਟਕ ਨੂੰ ਥੋੜੇ ਜਿਹਾ ਬਰਮਿਤਾਂ 3 ਮਿੰਟ ਮਨਾ ਬੜਾ ਕਰ ਛੋੜ ਦੇ ਨੋ ਗਏ ਸਿੰਘੂ ਬਾਰਡਰ ਉ ਬੈਠੇ ਰ ਕੋ ਥੋੜੇ ਥੋੜਾ ਜਿਹਾ ਬਰਮਿਤ ਦੇਖੋ ਮੈਨਾ ਵ ਉਹ ਪੂਰਨ ਪੰਡਿਤ ਇਤਨਾ ਖੜਦੂ ਨੋ ਤਾਰ ਰੱਖਾ ਗੁਰਨਾਮ ਚੜੂ ਨਿਉਰਾ ਪੇਟਾ ਜਗਦੀਪ ਰਾਕੈਸਟਿਕਾ ਚੋਦੀਆਂ ਕਰ ਸਕਾਂ ਸਿਰਫ ਕਾਗਜ਼ਮੈਨ ਕੇ ਕਾਮ ਬਈ ਆ ਬੋਲ ਦੀਏ ਕਾ ਦੀਏ ਬਹ ਠੀਕ ਆ ਆ ਬਜ ਨੋਰਨ ਲਗੇ ਕਾਮ ਲਗ ਰਿਹਾ ਹੋ ਨਾ ਮਰ ਤੇ ਪਾਕਿਸਤਾਨ ਤੇ ਬਚਾਨ ਕੇ ਮਾਰੇ ਲੈ ਰਹੇ ਆ ਭਈ ਪਾਕਿਸਤਾਨ ਤੇ ਬਚਾ ਰੱਖੇ ਮੈਂ ਅਮਨੇ ਪਾਕਿਸਤਾਨ 'ਆ ਹਮਲਾ ਕਰਗਾ ਮਾਰੇ ਟੱਟਾ ਸ਼ਾਟ ਕਰ ਦੇਗਾ ਯੂ ਚੱਕਰ ਹੋ ਰਿਹਾ ਭਈ ਪਾਕਿਸਤਾਨ ਤੇ ਬਚਣ ਕੀ ਫੀਸ ਜਮ ਹੋ ਰਹੀ 650 ਰੁਪਏ ਲੀਟਰ ਨੀ ਜੋ 550 ਰੁਪਏ ਯੂ ਮਨ ਫੀਸ ਦੇਣੀ ਪੜ ਰਹੀ ਪਾਕਿਸਤਾਨ ਤੇ ਬਚਣ ਕੇ ਮਾਰੇ ਦੇਣੀ ਪੜ ਰਹੀ ਚੀਨ ਤੇ ਤੇ अर मैं थारा लोकल पत्रकार सुबोध दैया अपनी खबर का पैया तो रुक नहीं रहा अर गल भाई किसान आंदोलन है वो भी नहीं रुक रहा तीन महीने हो, हो गया है किसान आंदोलन ने और लगातार फेसबुक पे यूट्यूब पे अरज है आजकल भजन और पोली की जो जोड़ी है वो लगातार छा रही है तीन महीने का आंदोलन में इस टाइम हरी गलै भजन सिंह मौजूद है और इन इनता पूछेंगे मतलब कदे तो चूरनेी दवाई लेके कर आवे हैं और कदे अमित शाह रोल कदे गांधी वाला रोल ठीक है पहले तो उनके हल्के तक पूछ ले उनके गांव उनके रोड समाजते पूछेंगे कैमला गांव में जो पंचायत तो हुई थी उसमें बजना पोचे को नहीं दौड़ा मैं भी जा रहा था मैंने तो देखा नहीं बाकी गया तो पूछेंगे एक बार सारे किसान भाई है ना राम राम और भाई आंदोलन में कंटिन्यू लगातार स्त्री चलते जा रहे और जो भी आपके सवाल है सबका जवाब दूंगा सबसे पहला तो एक मेरा गाना है दोबारा हरियाणा पंजाब के भाईचारे ने लेगा कहा यू पहला गाना इस तरफ पहला गाँव यूथाना देखोगे जरूर तो दूसरा गाना मेरा यूआ और मेरे चैनल का नाम हां थियोगल मान फिल्म्स भजन सिंह तो किसान गाने का नाम किसान तो है किसान जिंदाबाद तुरंत गाना शुरू होएगा और एक मना पेज बनाया फेसबुक पर भजन सिंह मणक माजरा के नाम दे उसने भी लाइक और फॉलो करियो और इ भाई जी सवाल पूछो अपने अच्छा नु कह दे कमला गम भजन सिंह पूछे नहीं तो कमला गम में जो कर रहे थे पूछे नहीं उसका इंटरव्यू था उस दिन में दिल्ली सिंगू बॉर्डर पर था और पंजाब के स्टेज में मना बोलने का मौका नहीं मिला था उरा में बोलला था और कई ਮਤਲਬ ਕਈ ਵਾਰ ਕੋਸ਼ਿਸ਼ ਕਰ ਲੀਦੇ ਨਾਮ ਲਖਵਾਉਂਦਾ ਸਾਂਝੀ ਹੋ ਜੇ ਕਰੇ ਧੀ ਉਹ ਬੋਲਣੇ ਕ ਮੌਕੇ ਨਹੀਂ ਮਿਲੇ ਕਰੇ ਥਾ ਤੋ ਦੂਸਰੀ ਬਾਤ ਇਬ ਪਹਿਲਾ ਜੋ ਮਾਰੇ ਮੁੱਖ ਮੰਨੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਜੀ ਆ ਤੋ ਉਹ ਪਹਿਲਾ ਮਤਲਬ ਕਿਸਾਨ ਜੀ ਚੱਲੂ ਹੋਏ ਤੇ ਨਹੀਂ ਆਤੇ ਚੱਲੇ ਦੇ ਉਸ ਟਾਈਮ ਗੁਰਨਾਮ ਚੜੂ ਨਿਨਮਰਤੇ ਇੱਕ ਸੰਦੇਸ਼ ਦਿਆ tha ਬਈ ਕਿਸਾਨ ਜਾਏਗਾ ਤੋ 26 ਤਾਰੀਖ ਨਾ ਦਿੱਲੀ ਆਣੇ ਦਾ ਮਾਨਾ ਪਤਾ ਨਹੀਂ ਆਵੇਗਾ ਕਦ ਨਾ ਔਰ ਵਹੀ ਬਾਤ ਹੋ ਗਈ ਅੱਜ 3 ਮਹੀਨੇ ਹੋ ਗਏ ਬੈਠੇ ਨਾ ਕੋਈ ਸੁਣਵਾਈ ਨਹੀਂ ਰ 250 ਕਿਸਾਨ ਸਹੀ ਦੋ ਲੀਏ ਆਣੇ ਕਾ ਉਹ ਨਾ ਵੀ ਕੋਈ ਨਹੀਂ ਪਤਾ ਸਰਕਾਰ ਨਾ ਵੀ ਕੋਈ ਨਹੀਂ ਪਤਾ ਕਦ ਨਾ ਜਾਣਗੇ ਆ ਔਰ ਮਾਨਾ ਵੀ ਕੋਈ ਨਹੀਂ ਪਤਾ ਕਦ ਨਾ ਜਾਣਗੇ ਤੋ ਲਗਾਤਾਰ ਯੂ ਆਦਾਨ ਪ੍ਰਦਾਨ ਕਾ ਕਾਮ ਚੱਲ ਰਹਾ ਔਰ ਖੱਟਰ ਜੀ ਮਤਲਬ ਉਸ ਤੇ ਪਹਿਲਾ ਜਦੋਂ ਮਾਮਾ ਵਾਤੇ ਚੱਲੇ تھے ਉਸ ਟਾਈਮ ਪਾਣੀ ਦੇ ਬੋਛਾਰੇ ਮਾਰੇ ਇਹ ਸੜਕਾਂ ਪਾੜੀ ਤਾਂ ਉਸ ਟਾਈਮ ਉਹਨਾਂ ਇੱਕ ਸਟੇਟਮੈਂਟ ਦੀ थी ਉਸ ਟਾਈਮ ਉਹਨਾਂ ਕਹਾਤਾ ਦੇਖ ਰਹੇ ਨੇ ਆਪ ਕਿਸਾਨ ਕੀ ਹਤਮਾਸ਼ਾ ਕਰ ਰਹੇ ਨੇ ਦੇਖ ਰਹੇ ਨੇ ਆਪ ਕਿਸਾਨ ਕੀ ਹਤਮਾਸ਼ਾ ਕਰ ਰਹੇ ਨੇ ਜਿਪਟਾ ਕੰਮਲੇ ਮਟੰਟ ਕਟਰ ਜਿਦੇ ਵੀ ਗਿਬਿਲੀ ਬਣ ਕੇ ਅਗਲੇ ਦਿਨ ਕਿਸਾਨਾਂ ਨੇ ਲੋਕਤੰਤਰ ਕੀ ਹੱਤਿਆ ਕਰਦੀ ਕਿਸਾਨਾਂ ਨੇ ਲੋਕਤੰਤਰ ਕੀ ਹੱਤਿਆ ਕਰਦੀ ਕਿਸਾਨਾਂ ਨਾ ਤੋਂ ਅਗਲੇ ਦਿਨ ਫਿਰ ਜੂ ਮਾਰ ਪਰ ਡੰਡੇ ਮਾਰ ਰਹੇ ਪਾਣੀ ਫਾਗ ਰਹੇ ਸੜਕਾਂ ਪਾਗ ਰਹੇ ਰੋਕ ਟਿੱਲੀ ਤਾਰਾ ਲਾ ਦੀ ਔਰ ਸਰਯਾ ਗਾੜ ਦੀ ਸੜਕਾਂ ਮਾਂ ਜੀ ਤੋ ਲੋਕਤੰਤਰ ਕੀ ਹੱਤਿਆ ਨਹੀਂ ਹੁੰਦੀ ਕਿਸਾਨ ਭਾਈ ਮਾਰ ਯੂਨੀਅਨ ਰਜਿਸਟਰਡ ਆਮਾ ਨਾ ਧਰਨਾ ਦੇਣਗੇ ਸੁਪਰੀਮ ਕੋਰਟ ਤੱਕ ਕਿਉਂ ਡਰਾਇਆ ਭਾਈ ਕਿਸਾਨ ਆਪਣੀ ਮਰਜ਼ੀ ਦੇ ਧਰਨਾ ਵੀ ਦੇ ਸਕਦਾ ਕਿਸ ਚੀਜ਼ ਦਾ ਵਿਰੋਧ ਵੀ ਕਰ ਸਕਦਾ ਸੁਪਰੀਮ ਕੋਰਟ ਮਾਰੇ ਫਕਸ ਮ ਆਇਆ ਉਹ ਚਾਰ ਕਮੇਟੀ ਨੇ ਚਾਰ ਜੇਜੇ ਕਿ ਬਣਾਈ ਤੁਸੀਂ ਉਸਮੇ ਤੇ ਵੀ ਇੱਕ ਬਾਜ ਗਿਆ ਉਸ ਟਾਈਮ ਉਹ ਵੀ ਘੜੇ ਰੂ ਲੋਪੋ ਕਹੀ ਕਹੀ ਨਾ ਕਹੀ ਆ ਜੀ ਆਪਣਾ ਫਿਰ ਝੰਡਾ ਲਰਵਾਇਆ ਨਾ 26 ਤਾਰੀਖ ਨੂੰ ਉਹ ਵੀ ਸਿਆਸਤ ਖੇਲ ਕੇ ਦੇਖੇ ਧਾਰਮਿਕ ਮੁੱਦਾ ਲੜ ਚਲਾ ਕੇ ਦੇਖੇ ਇੱਕ ਵੀ ਨਿਸ਼ਾਨ ਸਾਹਿਬ ਦਾ ਝੰਡਾ ਉਡਾ ਜੋ ਝੰਡਾ ਖਾਲਿਸਤਾਨ ਦਾ ਨਹੀਂ ਦਾ ਜਨਤਾ ਮੈਂ ਗਲਤ ਫਹਿਮੀ ਪੈਦਾ ਕਰੀ ਗਈ ਵੀ ਝੰਡਾ ਖਾਲਿਸਤਾਨ ਦਾ ਲਰਾ ਦਿਆ ਉਠਾ ਜਾਂ ਜੋ ਸਰਦਾਰ ਆਰੀਆਂ ਲੜ ਮਰੇਗਾ ਆਪਸ ਮੇ ਲੋਗ ਤੋ ਕੜੀ ਨਾ ਕੜੀ ਹੋਏ ਕਿ ਧਾਰਮਿਕ ਝੰਡਾ ਧਰ ਨਿਸ਼ਾਨ ਸਾਹਿਬ ਦਾ ਝੰਡਾ ਧਰ ਗੁਰਦੁਆਰੇ ਪਰ ਲਗਾ ਰਹਾ ਝੰਡਾ ਉਸकी ਇੱਜ਼ਤ ਆ ਪੂਰੀ ਜੋ ਫੌਜ ਕੀ ਰੈਜੀਮੈਂਟ ਆ ਜੋ ਮਾਰੀ ਬਾਰਡਰ ਪਾ ਤੋੜਾ ਵੀ ਉਹ ਝੰਡਾ ਲਗਾ ਰਹਾ ਵਾ ਔਰ ਕਈ ਨਾ ਕਈ ਇਸ ਮੁੱਦਾ ਬਣਾਇਆ ਨਾ ਯੂ 1980 ਮਾ ਆਰਐਸਐਸ ਨ <laughs> दिल्ली लाल किले पे झंडा लहरा दिया था अपना जबनी लोकतंत्र की हत्याई ना राष्ट्रीय दरोही के राष्ट्र विरोधी कोई कार्रवाई हुई 1980 में भी कुछ नहीं हुआ तो और बीजेपी ना जो कौन है मध्य प्रदेश का शिवराज सिंह चौहान वहां का मुख्यमंत्री है इसना शिवराज सिंह चौहान ना झंडे के तड़ा खड़े होगा राष्ट्रीय जनमनगण गया और बीजेपी के झंडे के नीचे खड़ेगा वोट अभी कोई लोकतंत्र की हत्या नहीं हुई ना देश विरोधी राज्य विरोधी कोई कार्रवाई चली गई तो अपने दिन जो का और जो आर एस एस के इनका नागपुर में अपना कैंप है उसके ऊपर आज तक ही ना बीजेपी ना आज तक हमारे हिंदुस्तान का तिरंगा नहीं लहराया वहां आर एस एस का ईजेंडा लहरा रहा तो सबसे बड़े जो मृत ज्ञान का पाठ पढ़ा रही है बीजेपी वही नहीं फॉलो कर रही इन चीजें ना और मान ना इन धार्मिक मुद्दे पर लड़वा था बटका था और कौन से लाल किले की बात कर रहे हैं डालमी तो बेच दिए किराए पर दे दिए लाल किला ਦੂਗਾ 1 ਮਿੰਟ ਭਾਈ ਜੀ ਆਪਨੇ ਠੇਕੇ ਵਿੱਚ ਜ਼ਮੀਨ ਦੇ ਦੀ ਆਪਣੀ ਤੋ ਉਸ ਮਤੋਂ ਕੋਈ ਅਗਾ ਗੰਨਾ ਲਾਓ ਟਮਾਟਰ ਲਾਓ ਮੂਲੀ ਲਾਓ ਸਲਗਮ ਲਿਓ ਆਪਨੇ ਧਾਰ ਲੈਣੀ ਨੂੰ ਬੇਦਖੇ ਲੈਣਾ ਆਪਣਾ ਕੁਛ ਨਹੀਂ ਲੈਣਾ ਤੇ ਵੀ ਨਾ ਲਾਲ ਕਿਲਾ ਦੇ ਦੇ ਯੂ ਕੇ ਲੈਵਾ ਲਾਲ ਕਿਲੇ ਬੇਦ ਫਿਰ ਹੋਰ ਤਾਂ ਕੋਈ ਕੁਛ ਕਰੋ ਇਸ ਦਾ ਹਾਈ ਨਹੀਂ ਲਾਲ ਕਿਲਾ ਹੋਰ ਕੁਛ ਹਿੰਦੁਸਤਾਨ ਦਾ ਵੀ ਕੋਈ ਨਹੀਂ ਲਾਲ ਕਿਲਾ ਲਾਲ ਕਿਲਾ ਤਾਂ ਡਾਇਲ ਮੇ ਪੇ ਚਲੇ ਗਿਆ ਕਿਰਾਏ ਪਾ ਉਸ ਪਾ ਉਸਕੇ ਜੋ ਆਮਦਨ ਹੋਏਗੀ ਠੇਕੇ ਦੀ ਜ਼ਮੀਨ ਮੇ ਤਾਂ ਅਗਰ ਕਿਸੇ ਕੋਈ ਆਮਦਨ ਹੋਏਗਾ ਟਮਾਟਰ ਵੀ ਕੋ ਗੰਨਾ ਵੀ ਕੋ ਉਹ ਕਿਸ ਕੀ ਹੋਏਗੀ ਜਿਸ ਨਾਲ ਠੇਕੇ ਬਲੇਰਾ ਕਿਸ ਕੀ ਹੋਏਗੀ ਉਹ ਤਾਂ ਉਸ ਕੀ ਹੋਣੀ ਜਿਸ ਨਾਲ ਡਲਮੀਨਾ ਲੈ ਰੱਖੋ ਉਸ ਕਿਉਂ ਨਹੀਂ ਵਧੋ ਤੋ ਇਹ ਕਈ ਨਾ ਕਈ ਨਾ ਲੜਵਾਣ ਖਾਤਰ ਸਿਆਸਤ ਖੇਲੀ ਤੇ ਜੋ ਫੈਲ ਹੋ ਗਏ ਅੰਦੋਲਨ ਮਾਰਾ ਨੂੰ ਚੱਲ ਰਿਹਾ ਚੱਲਦਾ ਰਹੇਗਾ ਔਰ ਜਿਬ ਤੱਕ ਨਹੀਂ ਕਾਲੇ ਕਾਨੂੰਨ ਵਾਪਸ ਹੁੰਦੇ ਉਸ ਦਿਨ ਤੱਕ ਮੈਂ ਆਪਣੇ ਘਰ ਬਿੰਨ ਜਾਣ ਵਾਲੇ ਔਰ ਉਹ ਚੁਰਨੇ ਵਾਲੀ ਪੁੜੀਆ ਜੋ ਬਣਾਈ ਸੀ ਚੁਰਨੇ ਵਾਲੀ ਉਹ 90 ਵਿਧਾਇਕ ਦਾ ਦੇਣੀ ਸੀ ਉਹ ਕਿਸੇ ਦਾ ਕੰਮ ਕਰੀਏ ਕਿ ਨਹੀਂ ਕਰੀਏ ਕਿ ਉਹ ਦੀਏ ਕਿਸੇ ਨੂੰ ਜ਼ਰੂਰਤ ਨਹੀਂ ਪੜੀ ਨਾ ਕਿਸੇ ਨੇ ਅਸਤੀਫਾ ਦਿਆ ਮੈਂ ਪਹਿਲੇ ਦਿਨ ਕਹਿ ਦਿਆ ਤਾਂ ਜਿਸ ਦਿਨ ਮੇਰੇ ਪਹਿਲੇ ਸਟੇਟਮੈਂਟ ਆਈ ਸੀ ਵੀ ਕੋਈ ਅਸਤੀਫਾ ਦੇਣ ਨਹੀਂ ਲੜਕਾ ਮਰ ਗਿਆ ਮੈਂ ਕਿਹਾ ਗੱਲੋਂ ਗੁੜ ਕਾ ਮਰ ਗਿਆ ਔਰ ਮੋਦੀ ਜੀ ਕਰ ਰਿਹਾ ਉਸ ਤੜਕੇ ਅਖਬਾਰ ਮੈਂ ਸਟੇਟਮੈਂਟ ਦੀ ਅਗ ਭਈਆ ਨਹੀਂ ਥੋੜਾ ਸਭਰਮੀ ਤਾਂ ਕਿਸਾਨ 3 ਮਹੀਨੇ ਹੋਏ ਮਨਾ ਆਪਣਾ 36 ਮਨਾ

ਅੰਦੀ ਵੀ ਹੋ ਗਈ ਮੈਂ ਉਸ ਤੇ ਵੀ ਦਰਖਵਾਸਤ ਕਰਨਾ ਚਾਹੂੰ ਮੈਂ ਤੇਨਾਂ ਕਿਸਾਨਾਂ ਕਾ ਮੰਨਾ ਟਰਾਲੀ ਦੀ ਦੀ ਨਾ ਸਤੀਫਾ ਦੀਆ ਕੁਛ ਨਹੀਂ ਦਿਆ ਤਾ ਨਾ ਮਲਾਈ ਖਾਣੀ ਟਰੈਲ ਟਰੈਲ ਵਾਲਾ ਕੇ ਰੋਲਾ ਆਇਓ ਗਣੀ ਟਰੈਲ ਵਾਲਾ ਰੋਲਾ ਯੂ ਆ ਦੋ ਵਾਰ ਕਿਸਾਨਾਂ ਨੇ ਮੇਰੇ ਪਾ ਫੋਨ ਕਰਾ ਵੇ ਪਾਣੀ ਪੀ ਕਿਉਂ ਇਸ ਤਰ੍ਹਾਂ ਆ ਕੇ ਆਪਣੇ ਤੇਰੇ ਗਾਮ ਕੇ ਉਸ ਪੱਧਰ ਨਾ ਲਾਵਾਂਗੇ ਸੜਕ ਜਾਮ ਕਰਨੀ ਸੀ ਤੋ ਮਨ ਆਸ ਪਾਸ ਕੇ ਗਾਮਾ ਮੰਗਾਇਆ ਕਿਸੇ ਕੀ ਟਰਾਲੀ ਕੜੀ ਵੀ ਜੀ ਦੀ ਕਿਸੇ ਕੀ ਕੜੀ ਦੀ ਮਨਾ ਸੋਚੇ ਚਲ ਵਿਧਾਇਕ ਤੇ ਬੋਰਡ ਤੋਂ ਦੇ ਰੱਖੇ ਟਰਾਲੀ ਸੀ ਵੀ ਤੇ ਲੈ ਲੇ ਕੋਈ ਬੜੀ ਡਿਮਾਂਡ ਬਿੰਦੇ ਟਰਾਲੀ ਕੇ ਔਰ ਕਾਰੇ ਵਿਕਾਸ ਕਰ ਦੇਗੇ ਖੱਟਰ ਕੀ ਪਰਸੋ ਸਟੇਟਮੈਂਟ 80 ਕਰੋੜ ਰੁਪਏ ਕੋ ਉਹ ਜੁਮਲਾ ਉਹ ਦੇਉਂਗਾ ਤਾਂ ਜਿਵੇਂ 493000 ਰੁਪਏ ਦੇ ਸਾਰੇ ਵਾਂ ਔਰ ਵਾਂ ਵੀ ਸਾਰੇ ਨੂੰ ਲਵੇ ਦੋਰੇ ਕੇ ਮਤਲਬ ਜੋ ਇਹ ਨਾ ਕਰਨਾਲ ਉਸਮਨ ਨੇ ਬੈਠ ਰਿਹਾ ਕਰ ਮੰਡੀ ਮੂੰ ਲੋਕਾਂ ਤੇ ਬੈਂਡ ਰੱਖ ਕੇ ਤੇ ਬੈਠਾ ਮੋੜਾ ਚੱਲੀਓ ਰੈਲੀ ਕਰਵਾ ਦਿਓ ਮੇਰੀ ਕਿਉਂਕਿ ਜੋ ਮੇਰੇ ਗਾਂਵ ਕੀ ਮੰਡੀ ਆ ਨਾਜ ਮੰਡੀ ਆ ਨਿੱਲੋ ਖੜੀ ਜੇ ਮੇਰੇ ਗਾਂਵ ਪੰਚਾਇਤੀ ਜ਼ਮੀਨ ਮਾਰੀ ਵਾ ਉਹ ਕਬੀਰ ਪੰਤੀ ਨੇ ਉਸਕਾ ਮੂਰਤ ਕਰਾ ਦੇ ਖਿਲਿਆ ਨਾਸ ਕਰਾ ਪੱਥਰ ਗਾੜ ਗਾਏ ਦੇ ਜੰਗਲ ਮਾਤ ਤੱਕ ਕੁੱਤੇ ਮੂਤ ਕਰ ਰਹੇ ਇਸ ਵਾ ਦੁਬਾਰਾ ਉਡਾਵਾ ਖੇਤ ਨੂੰ ਹੀ ਠੇਕੇ ਤੇ ਜਾਣ ਲੱਗ ਰਹੇ ਕੜੀ ਇਹ ਕੀੜ ਨਹੀਂ ਧਰੀ ਗਈ ਉਸਕੀ ਨੂੰ ਬੋਲੇ ਸਰਕਾਰ ਪਰ 9 ਕਰੋੜ ਰੁਪਏ ਕੋ ਨਹੀਂ ਪੰਚਾਇਤੀ ਭੂਮੀ ਪੀਸ ਦੇਣ ਖਾਤਰ ਜੇ ਸਰਕਾਰ ਪਰ 9 ਕਰੋੜ ਰੁਪਏ ਨਹੀਂ ਤਾਂ ਸਰਕਾਰ 80 ਕਰੋੜ ਰੁਪਏ ਕਰਤਾ ਹੈਗੇ ਪਰ ਸਰਕਾਰ ਪਰ ਕੰਮ ਲਗਾਮ ਖਾਤਰ 30 ਕਰੋੜ ਰੁਪਏ ਕਰਤਾ ਹੈਗੇ ਨੇ ਸਾਰੇ ਝੂਠ ਹੰਡ ਮੂਜ ਸਿਰਫ ਇਹ ਬਕਚ ਉਹਦੀਆਂ ਕਰ ਸਕਾਂ ਸਿਰਫ ਕਾਗਜ਼ਮਈਨ ਕੇ ਕਾਮ ਬਈਆ ਬੋਲ دیے ਕਾ دیے ਬਠੀਕ ਆਹ ਪਜ ਨੋਰ ਲਗੇ ਕਾਮ ਲਗ ਰਹੇ ਹਣ ਜਨਤਾ ਖੁਸ਼ ਹੋ ਜਾ ਔਰ ਇਹ ਬੀਜੇਪੀ ਕੁਕਰ ਮੁੱਤੇ ਵਾਂ ਜਿਨਾਂ ਮੜਾਈ ਮਿਲਾ ਉਠੇਦੇ ਜੋ ਇਸ ਮਾ ਜੁੜ ਰਹੇ ਨਿਸਤੇ ਚਾ ਕੋਈ ਪਾਰਸਦ ਬਣ ਰਹੇ ਚਾ ਕੋਈ ਮਲੇ ਬਣ ਰਹੇ ਇਨਕੇ ਘਰ ਚੱਲ ਰਹੇ ਉਠੇਦੇ ਤੋਂ ਘਰ ਚੱਲ ਰਹੇ ਨਾ ਜੁਰਤ ਨਹੀਂ ਇਹਨਾਂ ਇਹਨਾਂ ਜੁਰਤ ਨਹੀਂ ਅਸਤੀਫਾ ਦੇਣ ਕੀ ਨਾ ਮਾਰੇ ਬਾਰੇ ਮ ਸੋਚਣ ਕੀ ਜੁਰਤ ਇਹਨਾਂ ਤੋ ਇੱਕ ਬਾਰ ਜੁਰਤ ਪੜੀ ਸੀ ਭਜਨ ਕੀ ਔਰ ਵੋਟ ਲੈਣ ਖਾਤਰ ਪੜੀ ਦੀ ਵਹੀ ਮੈਨੂੰ ਦੇ ਦਿੱਤੀ ਸੀ ਤੇ ਦੁਬਾਰੇ ਨਾ ਭਜਨ ਪਿੱਧਰ ਲੈਣੀ ਸਰਕਾਰ ਨੇ ਮਾਰੇ ਵਿਧਾਇਕ ਤੇ ਫੋਰਚੂਨਰ ਗੱਡੀ ਦੇ ਰੱਖੀ 30 ਲੱਖ ਕਿਹਾ ਫੋਰਚੂਨਰ 5 ਲੱਖ ਕਟਰੀ ਪਲਜੀਰ 1 ਨੰਬਰ ਉਸ ਪਾ ਔਰ ਉਸਕੇ ਬਾਅਦ ਉਸ ਤੇ 60000 ਰੁਪਏ ਤਨਖਾ ਮਿਲਾ ਸਰਕਾਰ ਕੀ ਤਰ੍ਹਾਂ ਮੈਂ ਲੈਣੇ ਕੇ ਨਾਤੇ ਪਰ ਟਰੈਵਲਿੰਗ ਕਮੀ ਮਿਲੇਗਾ ਉਸ ਤੇ ਸਾਰਾ ਕੁਝ ਯੂ ਸਾਰਾ ਕੁਝ ਅਰੇ ਹਰ ਇੱਕ ਵਿਧਾਇਕ ਕੀ ਬਾਤ ਆਇਆ ਯੂ ਸਾਰੀ ਚੀਜ਼ਾਂ ਆਪਣੀ ਛੋੜ ਕਾ ਇੱਕ ਵਿਧਾਇਕ ਨੇ 3 ਲੱਖ ਰੁਪਏ ਮਹੀਨਾ ਲੱਗ ਰਿਹਾ ਕਮਾਣ ਉਸ ਦੀ ਬਾਦੇ ਕਮਰ ਕੇ ਲੋ ਬੀਟ ਕਾਰ ਮੇ ਬੈਠੇ ਨੱਕੇ ਬਦਲਾ ਫਿਰ ਅਗਾ ਡੋਲਾ ਪੋਨ ਧਾਰ ਲੈਣੀ ਮੇਰੇ ਪੇ ਤੇ ਕੇ ਲੈਣਾ ਨਾ ਵੋਟ ਲੈਣੀ ਜੇ ਲੈ ਲਈ ਉਸਕੇ ਬਾਅਦ ਤੋਂ ਆਪਣੇ ਘਰ ਤੇ ਮਤਲਬ ਆ ਇਹ ਪੀਸਾ ਕਿਸੇ ਨੂੰ ਮੁੰਡਣ ਲੱਗਦਾ ਅੰਦਾਨੀ ਅੰਬਾਨੀ ਆਜ ਵੀ ਇੱਕ ਦਿਨ ਮਾ 1 ਘੰਟੇ ਮਾ 9 ਕਰੋੜ ਰੁਪਏ 9000 ਰੁਪਏ ਕਰੋੜ ਰੁਪਏ ਕਮਾਣ ਲੱਗ ਰੇ ਤੋ ਯਾ ਮੈਂ ਲੈ ਆ ਵੀ ਤੋ ਨੰਮਾ ਅੰਦਾ ਨੀ ਮਾਣੀ ਬਣਨ ਦੇ ਸੋਚਾਂ ਪੀਸੇ ਕਾਸੀ ਚੀਜ਼ ਹੈ ਕਿਸੇ ਨੂੰ ਬੁੰਡਨ ਲੱਗਦਾ ਨੰਮਾ ਅੰਦਾ ਨੀ ਮਾਣੀ ਅਜ ਪੀਸੇ ਖਾਤਰੀ ਮਰ ਜਮੀਨ ਕੋਸਣ ਬਤੁਰ ਰੇ ਔਰ ਕੱਲਾ ਜੋ ਮੈਂ ਲੈ ਆ ਯਾ ਮੈਨੂੰ ਹੀ ਸੋਚਾਂ ਬਚਾਰੇ ਬਈ ਮੋਮਾ ਆਪਣਾ ਘਰ ਭਰ ਰੇਗੇ ਆਪਣਾ ਇਨਕਾ ਘਰ ਲੂਟ ਲੂਟ ਕੇ ਆਪਣਾ ਘਰ ਭਰਨਾ ਮਾ ਨਰਾਪ ਅਮੀਰ ਬਣਨਾ ਔਰ ਕਿਉਂਕਿ ਪੀਸੇ ਮੇ ਇਤਨੀ ਤਾਕਤ ਆ ਪੀਸੇ ਤੇ ਚੋਣ ਲੜੇ ਜਾਵਾ ਪੀਸੇ ਤੇ ਸਰਕਾਰਾਂ ਗੇਰੀ ਜਾਵਾ ਪ ਦਿੱਕਤੋ ਮੇਰੇ ਵਰਗੇ ਗਰੀਬ ਆਦਮੀ ਨਾ ਕਿਸਾਨ ਨਾ ਜਿਸੇ 6 ਮਹੀਨੇ ਬਾੜ ਦੇਖੇਗਾ ਫਸਲ ਕਿਉਂ ਜੀਰੀ ਠਾਵਾ ਗਾੜ ਤੇ ਬਗੈਰ ਦੇਗਾ ਆੜਤੀ ਗਈ ਸ਼ਾਬ ਨਹੀਂ ਪੂਰੋਨੇਗਾ ਆਪ ਤੋਂ ਕਿ ਘੰਟਾ ਬਚੇਗਾ ਕਰੋ ਔਰ ਜੋ ਕੋਈ ਮਰੇ ਜੋ ਮਰ ਬਚੀ ਤੇ ਨੀ ਜਮੀਨ ਉਹ ਜਿਤਨੀ ਉਸਮੇ ਤਾਂ ਫਸਲ ਲੁੱਟਣੀ ਜੋ ਮਨਾਂ ਰੇਟ ਮਿਲਾ ਜਿਤਨੀ ਮਨਾਂ ਉਸਮੇ ਦੇ ਇਨਕੋ ਮੋਣੀ ਉਸਮਾ ਅਗਰ ਅਮ ਰੋਟੀ ਖਾ ਸਕਾਂ ਸਿਰਫ ਆਪਣੇ ਬੱਚੇ ਨਾ ਮੈਨੂੰ ਪੜਾ ਸਕਤੇ ਬੜੀਆ ਸਿਕਸ਼ਨ ਦਵਾ ਸਕਤੇ ਬੜੀਆ ਕੋਈ ਗਰਮ ਬਿਮਾਰੀ ਸਮਾਰੀ ਆ ਜਾ ਬੜੀਆ ਦਵਾਈ ਨਹੀਂ ਲੈ ਸਕਤੇ ਕੋਈ ਵਿਆਹ ਸੱਦੀ ਆ ਜਾ ਉਸ ਮਹਾਮਤਲ ਮਰ ਬਕਰਦੇ ਚੜਲੇ ਗਾੜਤੀ ਬਠਾਣੇ ਪੜ ਜਗੇ ਔਰ ਉਸਕੇ ਬਾਅਦ ਫਿਰ ਕੋਈ ਮਕਾਨ ਲਾਣਾ ਪੜ ਜਾ ਤੋ ਉਸ ਮਤ ਜਮੀ ਮਰ ਲਗੇ ਸਾਰੇ ਉਮਰ ਕਰਦੇ ਪੜਦੇ ਰਹੇ ਖੇਤੀ ਮੇ ਤੇ ਨੌਕਰੀਆਂ ਨ ਭਾਗੋਨੀ 2 ਕਰੋੜ ਨੌਕਰੀ ਦੇਵਾਂਗੇ 15 ਲੱਖ ਰੁਪਏ ਦੇਵਾਂਗੇ 100 ਸਮਾਰਟ ਸਿਟੀ ਦੇਵਾਂਗਾ ਬਾਬਾ ਵਾਲਾ ਘੰਟਨ ਦੀਆ ਕੁਛ ਨਹੀਂ ਦੀਆ ਨੂੰ ਕਨੂ ਮਾਟੀ ਪਲੀਤ ਕਰ ਰਹੇ ਰਹਿਣਗੇ ਕਿਸਾਨਾਂ ਕੇ ਵੀ ਕਰ ਰਹੇ ਮਾਰੇ ਵੀ ਕਰ ਰਹੇ ਹਰ ਹਰ ਇੱਕ ਚੀਜ਼ ਮਾ ਜੋ ਕਾਂਗਰਸ ਕੇ ਟੀਮ ਮਾ ਕ ਟੀਮ ਮਾ ਗਲਤ ਥੇ ਅੱਜ ਬੀਜੇਪੀ ਕੇ ਟੀਮ ਮਾ ਸਾਰੀਆਂ ਅੱਛੀ ਹੋ ਰਹੀ ਬੱਜਾ ਸਿਰਰਾਮ ਕਾ ਨਾਰਾ ਬੋਲਦੇ ਰੋ ਅਰ ਜੋ ਪੈਟਰੋਲ ਗਿਆ ਨਹੀਂ ਪੈਟਰੋਲ ਕੀ ਕੀਮਤ ਤੋਂ ਵਾਸੇ ਦੇ ਨੱਬਰ ਰੁਪਏ ਕਰਦੀ ਪਰਿਸ਼ਪਤ ਟੈਕਸ 65 ਰੁਪਏ 35 ਰੁਪਏ ਉੱਪਰ ਜੋ ਤੇਲ ਕੀ ਕੀਮਤ ਨੂੰ 35 ਰੁਪਏ ਯੂ ਟੈਕਸ ਆ ਨਹੀਂ ਮਰਦੇ ਪਾਕਿਸਤਾਨ ਪੇ ਤੇ ਬਚਾਣ ਕੇ ਮਾਰੇ ਲੈ ਰਹੇ ਆ ਵੀ ਪਾਕਿਸਤਾਨ ਪੇ ਤੇ ਵਿਚਾਰ ਰੱਖੇ ਮੈਂ ਆਪਣੀ ਪਾਕਿਸਤਾਨ ਨਾਲ ਹਮਲਾ ਕਰਗਾ ਮਾਰੇ ਟੱਟੇ ਸੋਟ ਕਰ ਦੇਗਾ ਇਹ ਚੱਕਰ ਹੋ ਰਿਹਾ ਵੀ ਪਾਕਿਸਤਾਨ ਦੇ ਬਚਣ ਗਿਆ ਫੀਸ ਜਮ ਹੋ ਰਹੀ 65 ਰੁਪਏ ਲੀਟਰ ਨਹੀਂ ਜੋ 65 ਰੁਪਏ ਯੂ ਮਨ ਫੀਸ ਦੇਣੀ ਪੜ ਰਹੀ ਪਾਕਿਸਤਾਨ ਪੇ ਤੇ ਬਚਣ ਕੇ ਮਾਰੇ ਦੇਣੀ ਪੜ ਰਹੀ ਚੀਨ ਪੇ ਤੇ ਬਚਣ ਕੇ ਮਾਰੇ ਦੇਣੀ ਪੜ ਰਹੀ ਤੋ ਉਹਨ ਪੇ ਤੇ ਮਮ ਡਰ ਰਹੇ ਆ ਮਮ ਨਾ ਡਰਾ ਕਾਕ ਜੈ ਸਿਰ ਰਾਮ ਕਾ ਨਾਰਾ ਬੋਲੋ ਤੁਮ ਰਾਮ ਕੋ ਨਹੀਂ ਤੁਮ ਫਲਾਣੇ ਕੋ ਨਹੀਂ ਤਾਨੇ ਮੁਸਲਮਾਨ ਪੀਟ ਦੇਗੇ ਐਸੇ ਜੀ ਬੱਤ ਦੇ ਹਮ ਵੀ ਗੋਲੋਰੀ ਦੁਨੀਆ ਵੀ ਇੱਕ ਆਦਮੀ ਕਦੀ ਬੀਜੇਪੀ ਕੰਪਨੀ ਕੇ ਨਾਮ ਤੇ ਲੂਟ ਰਹਾ ਮਾਨਾ ਕਦੀ ਕਾਂਗਰਸ ਕੇ ਕੰਪਨੀ ਮੇ ਜਾ ਕੇ ਲੂਟ ਰਹਾ ਮਾਨਾ ਲੂਟਣਾ ਇਨਕਾ ਧਰਮਾ ਲੂਟਣਗੇ ਯਾਰ ਲੂਟਦੇ ਆਮ ਜਾਣ ਲਗ ਰਹਾ ਮੇ ਬੇਬੋਲੀ ਗੈਂਡਾ ਅਮ ਨੂੰ ਲੂਟਰੇ ਅਮ ਨੂੰ ਲੂਟਰੇ ਕਿ ਅਰਵਿੰਦ ਸਰਮੋੜਾ ਕਰਨਾਲ ਤੇ 10 ਸਾਲ ਕਾਂਗਰਸ ਤੇ ਮਲਾਈ ਖਾਇਆ ਅਇਰੋਤ ਤੱਕ ਮਾ ਕੇ ਬੈਠ ਗਿਆ ਬੀਜੇਪੀ ਤੇ ਇਹਨਾਂ ਬੰਦਾ ਨਹੀਂ ਪਛਾਣਾ ਨੂੰ ਨਹੀਂ ਦੇਖਿਆ ਵਿਕਾਸ ਕਰ ਰਿਹਾ ਕਰਦਾ ਕਾਂਗਰਸ ਨੇ ਟਿਕਟ ਦੇ ਦਿੰਦੀ ਨਬੜ ਕੇ ਮਾ ਉਰਕ ਧਾਰ ਲੈ ਸੰਜੇ ਬਾਟਿਆ ਦਾ ਵੀ ਪਾਣੀ ਪਤਕੇ ਦੋ ਗਾਮਾ ਮੇ ਜੋ ਪ੍ਰੋਗਰਾਮ ਥਾ ਉਸਨੇ ਰੱਦ 1.5 ਸਾਲ ਹੋ ਗਏ ਮਨਾ ਸੰਜੇ ਬਾਟਿਏ ਕੀ ਪੂਰੀ ਰੇਲੀਆਂ ਕਰੀ ਪੂਰੇ ਬਾਸਣ ਦੀਏ ਅਰ ਸਹੀ ਪੁੱਛੋ ਤਾਂ ਮੈਂ ਬੀਜੇਪੀ ਕਾ ਆਦਮੀ ਹੂੰ ਇਨ ਕਾ ਆਣੇ ਤੋਂ ਪਹਿਲਾਂ ਮਨੋ ਸਟੇਜ ਪਾ ਮਾਈਕ ਪਚੜਾ ਖੜਾ ਕਰਦਾ ਕਰੇ ਉੱਪਰ ਬਈ ਸੰਜੇ ਬਾਟਿਆ ਦੇ ਘੰਟੇ ਪੁੰਚਣ ਵਾਲੇ ਤੇ ਪਬਲਿਕ ਸਭਾਲ ਕਰਾ ਕੇ ਘਰੋ ਵਾਹ ਕੇ ਜਾ ਪਬਲਿਕ ਤੋ ਸੰਜੇ ਬਾਟਿਆ ਦਰਮਪਾਲੋਆ ਯਾ ਯੁਦਰਮਪਾਲ ਵੀ ਬੀਜੇਪੀ ਕੇ ਕੂਕਰ ਮੁੱਤਾ ਥਾ ਬਣਨੇ ਤੋਂ ਪਹਿਲਾਂ ਕਿਸ ਤੇ ਟਿਕਟ ਨਹੀਂ ਮਿਲੀ ਇਸ ਕਰਕੇ ਰੂਸ ਕੇ ਥਾ ਅਲੇ ਬਣ ਗਿਆ ਫਿਰ ਓਡਾ ਪਹੁੰਚ ਗਿਆ ਮੇਰੇ ਤੇ ਨਾ ਖਰਚਾ ਆ ਗਿਆ ਖਰਚਾ ਪਾਣ ਪਾਲੀ ਦੇ ਮੇਰਾ ਕੋ ਜਿਤਨਾ ਮੇਰਾ ਖਰ ਯੂ ਨੂ ਆਕੇ ਜੋ ਜਿਤਨੇ ਵੀ ਵਿਧਾਇਕਾਂ ਜਿਤਨੇ ਵੀ ਸੰਸਦਾਂ ਇੱਕ ਪਹਿਲਾ ਦਿੱਲੀ ਕਾ ਗਿਆ ਥਾ ਲੋਕ ਬੀ ਜ਼ਮੀਨ ਦੇਖਦੇ ਇੱਬਾ ਜਨਨ ਕੇ ਬਦਲ ਕੁੱਤੇ ਕੀ ਤਰੀ ਮੌਕਾ ਮਰ ਗਿਆ ਮੈਂ ਕੋ ਲੱਕੜਾ ਮਨ ਲ ਬਣਾਗਾ ਤੂੰ ਬਣਾਵਾ ਤਾ ਨਾ ਮੱਲੇ ਇਹ ਕੁਕਰ ਮੁੱਤਾਂ ਨੀ ਵੋਟ ਦੇ ਰਿਆ ਮੇਰੇ ਤੇ ਜੋ ਮੇਰੇ ਦੋਸਤ ਆ ਸਪੋਰਟੀ ਉਹ ਵੀ ਵੋਟ ਕੁੰ ਦਿੰਦਾ ਔਰ ਇਹਨੋ ਹੜਾ ਨਾ ਕੋੜੀ ਤੇ ਠਾ ਲੈ ਦੋ ਕਿਸੇ ਖਾਲ ਮੇ ਤਾਂ ਕਾੜ ਲੈ ਚ ਦੇਖਿਆ ਵੀ ਨੀ ਕਦੀ ਮੋਦੀ ਉਹ ਡਬੇਟ ਕੋ ਭੌਂਕ ਰਿਹਾ ਗੁਜਰਾਤ ਮਾ ਸਰੂ ਰੋ ਰਿਹਾ ਮਣਕ ਮਾਜਰੇ ਮਾ ਬਤਾ ਮਣਕ ਮਾਜਰੇ ਨੇ ਧਾਰ ਲੈਣੀ ਮੋਦੀ ਬਦੇ ਐ ਜੋ ਮਣਕ ਮਾਜਰੇ ਨੇ ਬਤਾ ਮਣਕ ਮਾਜਰੇ ਨੇ ਕੋਣ ਸੇ ਮੋਦੀ ਕੇ ਚਿੱਚੜ ਚੁੰਡ ਲੀਏ ਮਾਰੇ ਕਿਸਾਨਾਂ ਕੇ ਬਦਲ ਤੋ ਇੱਕ ਸਟੇਟਮੈਂਟ ਨਹੀਂ ਦੀ ਔਰ ਇਹ ਕੋ ਗੁਲਾਮ ਨਬੀ ਆਜ਼ਾਦ ਤਾਂ ਛਾਤੀ ਪੀਟ ਪੀਟ ਕਰੋ ਔਰ ਬਤਾ ਕੋਣ ਸੇ ਮਮਤਾ ਮੇਰੀ ਦੀਦੀ ਮਮਤਾ ਬਨਰਜੀ ਪਛੇ ਮੰਗਾਲ ਤੋ ਇਸ ਕੀ ਵਿਚਾਰੀ ਕੀ ਇਸ ਕੋ ਭਾਈ ਥਾ ਦਿਨੇਸ਼ ਕਾਰਤਿਕ ਉਹ ਵੀ ਇਸ ਪੇ ਦੇ ਤੜਵਾ ਲਿਆ ਦੂਰ ਖਰੀਦ ਲਿਆ ਆਪਣੇ ਮਲਾ ਲਿਆ ਔਰ ਇੱਕ ਸੰਸਦ ਕੋਰ ਚੁਣੇ ਉਠਾ ਉਸ ਕਾ ਨਾਮ ਥਾ ਰ ਦਿਨੇਸਤਰੀ ਵੇਦੀ ਦਿਨੇਸਤਰੀ ਵੇਦੀ ਸੰਸਦ ਆ ਇਹ ਨਾ ਨੂੰ ਕੋ ਨਹੀਂ ਮੇਰੀ ਤੰਤਰਾਤਮਾ ਜਾਗਰ ਮਨ ਗੁੱਟ ਨੋ ਰੇ ਗਵਾਸ਼ ਗੁੱਟ ਨਿਉ ਰੀਆਂ ਨੋਟਾਂ ਕੀ ਚਮਕ ਆ ਨਹੀਂ ਜਿਉਂ ਸੀ ਬੀਜੇਪੀ ਕਾਨੀ ਤੇ ਦਿਖਣ ਲੱਗ ਰਹੀ ਔਰ ਮਾਲ ਪਾਣੀ ਦਿਖਣ ਲੱਗ ਰਿਆ ਉਸ ਕੀ ਵਜੇ ਤੇ ਉੱਭਜ ਗਏ ਨੋ ਛੋੜ ਕ ਮਮਤਾ ਨਾ ਔਰ ਬਤਾ ਰਹਿ ਨੂ ਔਰ ਫਿਰ ਇਹ ਜਿਹੋਨ ਸਤਰਾ ਜੇਪੀ ਦਲਾਲ ਦਾ ਇਹਨਾਂ ਗਲਤ ਬਿਆਨ ਦਿਆ ਕਿਸਾਨ ਅਖਬਾਰ ਮ ਕੋ ਘਰ ਹੁੰਦੇ ਤੇ ਉਠ ਮਰ ਜਾਂਦੇ ਔਰ ਇਹ ਬਨੂ ਕਾ ਅਗਲੇ ਦਿਨ ਫਿਰ ਸਟੇਟਮੈਂਟ ਬਦਲਦੀ ਬੋਲੇ ਕੋ ਆ ਨਹੀਂ ਵੀਡੀਓ ਆ ਮੇਰਾ ਬਿਆਨ ਤੋੜ ਮ ਇਹ ਮੇਰਾ ਕੋਜ ਲੱਜੂ ਪਾੜ ਪਾ ਕੀ ਮੈਂ ਥਰ ਤੈ ਕਾ ਕਾ ਦੂੰ ਮੇਰੇ ਤੋਂ ਜ਼ੁਬਾਨ ਫਿਸਲ ਗਈ ਧੀ ਔਰ ਮੈਂ ਤੋਂ ਭਾਈ ਆਪਣੇ ਬਾਤ ਕੇ ਲਿਏ ਮਾਫੀ ਚਾਹੂੰ ਔਰ ਮੀਡੀਆ ਨੇ ਮੇਰੇ ਬਿਆਨ ਤਰੋੜ ਮਰੋੜ ਕੇ ਪੇਸ਼ ਕਰੇ ਲਗਾ ਬਾਤ ਕੜੀ तो ये नू बात ये ना जो कहना है कह जा भावनाओं में बह का जा जाए मतलब जादो को का क्या जाए एक बार उत्सुकों का कह जा और अपने नंबर बना जोड़ो जो पांच चार आदमी इनके बैठे रहो ना पानी मारने वाले आगे अपने नंबर बना लेंगे तो उसके बाद अपनी सफाई फिर दे अगले दिन आगे जी भी ना लगे वो गलत हो गए तो काम कलम वोट लेनी वोट तो साढ़े पे भजन तो पे तो कलम लेनी जूते इसका में लाने आ आजाद तो काम चलता को नहीं है तो कहने का मतलब ये ना फिर अपनी गलती का एहसास हो रहा ना इनकी बहुओं बताओ करो और बीजेपी के लोग इतने झूठे हैं गौरव पड़ती बहुओं चिमटे लग जाए इनका मारना आ गया सारे दुनिया भर का झूठ फेंक का गौरव इनकी इज्जत को नहीं है ਮਨਪਤਾ ਇਨਕੇ ਜਿਤਨੀ ਇੱਜ਼ਤ ਹੈ ਇਨਕੋ ਤਾਂ ਬਸ ਕਾਮ ਨੂੰ ਚਲ ਰਹਾ ਇੱਕ ਲਾਰਮਨ ਕਾਮ ਬਣ ਜੇ ਕਰਾ ਇਨਕੋ ਸਭ ਕਾ ਲਾਰਮ ਕਾਮ ਬਣ ਰਹਾ ਮੋਦੀ ਕੇ ਲਾਰ ਤੇ ਇਨਕੇ ਕਰਮ ਮੜਾਈ ਖਾਣਾ ਲਿਖ ਰਿਦੀ ਮੋਦੀ ਕੇ ਟਾਈਮ ਮੇ ਤਾਂ ਜੋ ਕੁੱਤੇ ਦੇ ਬੋਟ ਦੇ ਦੀ ਉਹ ਹੀ ਉਹ ਵੀ ਬਣ ਗਿਆ ਔਰ ਰਿਵਾਨ ਵਾਲੇ ਟਾਈਮ ਚ ਦੇਖ ਬੇ ਦੇਖ ਲਿਓ ਉਹ ਸੂਰਨੋ ਵੀ ਕੋ ਨਹੀਂ ਬਣਨ ਦਿੰਦੇ ਆ ਭਾਈ ਚੀਪ ਜੁਗਰ ਕਿਸਾਨਾਂ ਕੀ ਲਾਰ ਚਲ ਰਹੀ ਤਾਂ ਫਿਰ ਇਸੇ ਮੇ ਤਾਂ ਬਜਨ ਸਿੰਘ ਵੀ ਬਣ ਸਕ ਕੋਈ ਕਿਸਾਨ ਪਾਰਟੀ ਆ ਗਈ ਤੋ ਬੱਬਾ ਲਾ ਘੰਟਾ ਬਣ ਸਕਾ ਕੁਝ ਨਹੀਂ ਬਣਾ ਖਤਮ ਹੋ ਗਾ ਨਹੀਂ ਜਾਂ ਤਾਂ ਉਹ ਕਾਣੇ ਦੀ ਬਾਤਾਂ ਕਰਾਂ ਤੋ ਕੋਈ ਸੀ ਪਰਟੀ ਟਿਕਟ ਇਸਕਾ ਇੱਕ ਚੱਕਰ ਆ ਇਸਕਾ ਮੈਂ ਉਦਾਹਰਣਾ ਆਪਣੇ ਨੇਤਾ ਤੇ ਦੇਉਂਗਾ ਆਪਣਾ ਗੁਰਨਾਮ ਚੜੂ ਨਿੰਦੋ ਵਾਰ ਚੋਣ ਲੜਿਆ ਕਿਤਨਕ ਬਣਾ ਦਿਆ ਲੋਕਾਂ ਨਾਲ ਲੜਾਈ ਤੋ 20 ਸਾਲ ਹੋਇਆ ਲੜ ਰਿਹਾ ਕਿਸਾਨਾਂ ਕੀ ਰਾਕੇਸ਼ ਟਿਕਾਦ ਨੇ ਦੋ ਵਾਰ ਚੋਣ ਲੜਿਆ ਐਮਪੀ ਕੇ ਵੀ ਲੜਿਆ ਕਿਤਨਕ ਬਣਾ ਦਿਆ ਯਹੀਂ ਨਾ ਲੜਾਈ ਲੜਦੋ ਸੂਤਰੇ ਲਗਾ ਭਾਈ ਯਾਂ ਲੜਾਈ ਲੜਦੋ ਮੁਕਦਮੇ ਦਰਜ ਕਰਵਾ ਲਓ ਲੱਟ ਖਾ ਲੋ ਪੁਲਿਸ ਕੇ ਉਸ ਮੋ ਤੋ ਠੀਕ ਆ ਜੀ ਬੋਟ ਮੰਗਣ ਕਦਿਆਂ ਮਿੰਨ ਕੇ ਬਾਹਰ ਹੋਣਾ ਬਹੁਤ ਸਟਰ ਬੋਟ ਤਾਂ ਬੀਜੇਪੀ ਦੇ ਮਿਲੇਗੀ ਕਾਂਗਰਸ ਉਸ ਟਾਈਮ ਬੀਜੇਪੀ ਕਰ ਕਾਂਗਰਸ ਇੱਕ ਕੁਕਰ ਮੁੱਤੇ ਬਣ ਜਾਇਆ ਔਰ ਡਰ ਡਰ ਇਨਕੇ ਦਿਲ ਮੇ ਇਤਨਾ ਕਿ ਮੈਂ ਅੰਬਾਲਾ ਖੜਾ ਤੱਕ ਬੁੱਢਾ ਆਇਆ ਔਰ ਆਗਾ ਭਾਈ ਮੇਰੇ ਪਿੱਛੇ ਖੜੇ ਹੋ ਗਿਆ ਅੰਬਾਲਾ ਮਤਲਬ ਮੈਂ ਖੜਾ ਇੱਕ ਮੀਡੀਆ ਵਾਲਾ ਆ ਗਿਆ ਆਪਕੇ ਤਰੀਆਂ ਆਗਾ ਕਮਰਾ ਕਰ ਦਿਆ ਔਰ ਉਹ ਬੋਲਿਆ ਮਰ ਤੇ ਬੁੱਢਾ ਹੈਗਾ ਮੇਰੇ ਲਵਾ ਨੋ ਕੋ ਸੌਣੇ ਤੇ ਕਿਸ ਤੇ ਦੇਵਾਂ ਵੋਟ ਕਿਸ ਤੇ ਦੇਵਾਂ ਸਾਰੇ ਨਰਾਸ਼ ਕਰ ਦਿਆ ਕਿਸ ਤੇ ਦੇਵਾਂ ਵੋਟ ਪੂਰਾ ਕੁਛ ਮਤ ਨਿਕਲ ਨੋ ਰਿਹਾ ਓਢੋ ਮਨਗਾ ਮੀਡੀਆ ਵਾਲਾ ਤਾਂ ਮਨਗਾ ਭਾਈ ਇਸ ਤੇ ਪੁੱਛ ਸਵਾਲ ਲਿਓ ਜਿਆਦਾ ਤੰਗ ਸ ਕਿਆ ਕਿਆ ਕੰਮ ਕੀ ਬੀਜੇ ਬੀਜੇਪੀ ਬਹੁਤ ਅੱਛੀ ਪਾਰਟੀ ਹੈ ਬੀਜੇਪੀ ਨੇ ਬਹੁਤ ਵਿਕਾਸ ਕੀਤਾ ਅੰਬਾਲਾ ਦਾ ਬੀਜੇਪੀ ਨੇ ਅੰਬਾਲਾ ਦਾ ਹੈ ਨਾ ਗਲੀ ਬਹਿਨ ਬਦਲ ਗਿਆ ਬੀਜੇਪੀ ਨੇ ਅੰਬਾਲਾ ਦਾ ਸਮਾਰਟ ਸਿਟੀ ਬਣਾ ਦਿਆ ਮਨੋ ਦੇਖਿਆ ਪਿੱਛੇ ਮੁੜਗਾ ਉਹੜਾ ਨਾਲੇ ਸੇ ਮਸੂਰ ਕਲਬਤੀਆਂ ਲੱਗ ਰਹੇ ਤੇ ਖਾਨ ਉਹੜੀ ਸੂਰ ਨਾਲ ਲੱਗ ਰਹੇ ਦਾ ਗੰਦਾ ਨਾਲਾ ਬੋਲਾ ਅੰਬਾਲਾ ਮੈਂ ਵੀ ਉਸਮ ਨੂੰ ਹੀ ਸੂਰਲੀ ਟਿਲੀ ਟਿਡੇ ਕਰ ਰਹੇ ਗਲੀ ਬਹਿਨ ਬਦਲ ਗਿਆ ਪਟਕੀ ਉਸਦੀ ਗਲੀ ਜੇ ਮੀਡੀਆ ਸਾਮੀ ਆ ਗਈ ਭਾਈ ਕਦੀ ਅਨਿਲ ਵੀ ਜਮਨ ਠਾਗਾ ਜੇਲ੍ਹ ਮਨ ਗੇਰਦਾ ਤੋ ਕਾਣਾ ਦਾ ਮਤਲਬ ਇਹ ਹੋ ਭਾਈ ਆਪੋ ਤਾਂ بے باق ਬੋਲਾਂ ਖੁੱਲੇ ਬੋਲਾਂ ਧਮਕੀਆਂ ਮਿਲਾ ਸਾਰੇ ਕੰਮ ਹੋਆ ਔਰ ਡੱਬਾ ਗੇਰਨ ਕੇ ਵੀ ਡਰਾਮੇ ਡੱਬੇ دیے ਜਾਉਂ ਮਰਤੇ ਕਦੀ ਪਹੁੰਚ ਜੋਂ ਡੀਸੀਬੀ ਲੈ ਕੇ ਕਦੀ ਉਡਾਓ ਰੋਕਣ ਖਾਤਰ ਤੇਰ ਪੈਨੋ ਸੀ ਨਹੀਂ ਮੈਂ ਦਿੱਲੀ ਤੇ ਲੈ ਕੇ ਚੰਡੀਗੜ੍ਹ ਤੱਕ ਸਾਰੇ ਬੰਦ ਕਰਦੇ ਮੇਰੇ ਪੱਕਲੇ ਬੰਨੋ ਸੀ ਨਹੀਂ ਕਿਸੇ ਵੀ ਨਹੀਂ ਐਨੋ ਸੀ ਦਿਖਾ ਮਰਤੇ ਸਾਰੇ ਕੈਨੋ ਸੀ ਸਿਰਫ ਨੂੰ ਉਹ ਬਈ ਬੰਦਾ ਰੁਕ ਜਾਗਾ ਬੀਜੇਪੀ ਖਿਲਾ ਬੋਲਨੇ ਕੇ ਨਹੀਂ ਮਾਰੇ ਜੋ ਮਾਲੇ ਪੜਾਈ ਮਾਲ ਪਾਣੀ ਨੂੰ ਨੂੰ ਚਲਦੇ ਰੋਗੇ ਬੀਜੇਪੀ ਮਾ ਜੁਗਰੀਏ ਨੂੰ ਕਾ ਕਿਸਾਨ ਵੀ ਕਹਿੰਦੇ ਸਿੰਘ ਉੜਾ ਗਾਜੀਪੁਰ ਬਾਰਡਰ ਪੈ ਵੀ ੜ ਵੀ ਜਬ ਪਥਰਾ ਹੋਇਆ ਤਾਂ ਕਿ ਬੀ ਉਹ ਵੀ ਕੋਈ ਬੀਜੇਪੀ ਕੇ ਆਰਐਸਐਸ ਕਿਆ ਆਦਮੀ ਜੋ ਮਤਲਬ ਕਿਸਾਨਾਂ ਦਾ ਗੁੰਡੇ ਹੈ ਬਦਮਾਸ਼ ਹੈ ਕੋਈ ਗੁੰਡੇ ਬਦਮਾਸ਼ ਵੀ ਤਾਂ ਮੁਝੇ جو گنڈا گنڈا کا انور پر گنڈے بھی جو اصلی ہے اس نے میں پہچان دوں گا رے تو نقلیوں کے فون آ رہے اصلی کوئی نہیں ہے میرے پاس لیکن میں پہچان ائی اتنی سمجھ تو منا بھی ا کون سا اصلی ہے کون سا نقلی ہے یہ تو ککر مٹیاں ہیں ایسے ایسے ککر مٹیاں ہیں اگنو بولے میرے دے کلے کہ آ کو تیری ساڑھے سات پیڑیاں نو خرید لوں گا ہاں منا کہ ٹنکی بھول کروا دے کار کے تیل کی سڑک سانس نے آ بورڈ کے بلاک کر کے بیچ گیا ہے یا ککر مٹتے کچھ نہیں ہے تو چھوٹے چھوٹے اور جو پترا ہو رہے تھے پہلا بولے بس تھانے لوگ پریشان ہیں تھانے لوگ تو تین مہینے ہو رہی ہیں یہ بس تھانے لوگ تو ريب کیوں نہیں ہو رہی پتھر باجی اخبار میں میری فوٹو اج دی میں اپ تے کاٹ کے ਖਾਂਦਾ ਮੈਂ ਉਸ ਟਾਈਮ ਦਿਖਾਇਆ ਕਰੂੰ ਤਾ ਉਸ ਟਾਈਮ ਮੇਰੇ ਇੰਟਰਵਿਊ ਹੋਇਆ ਕਰਦੇ ਜੋ ਪਿੱਛੇ ਤੋਂ ਮਤਲਬ ਪੁਲਿਸ ਖੜੀ ਯਾਰ ਅੱਗਾ ਲੋਕ ਪੱਥਰਬਾਜ਼ੀ ਕਰੇ ਪੁਲਿਸ ਕਿਉਂ ਕਰਨ ਦੇ ਰਹੀ ਪੱਥਰਬਾਜ਼ੀ ਹੁੰਦੇ ਇਹ ਸਾਰੀ ਸਰਾਰਤ ਥੀ ਆਰਐਸਐਸ ਕੇ ਕਾਰਿਆਕਰਤਾ ਨਾਗਪੁਰ ਦੇ ਭਰਖਾ ਲਿਆ ਰੱਖੇ ਟਰਕਾਂ ਮਾ ਪੱਥਰ ਦੇ ਟਰਕਾਂ ਉਹ ਤਾਰੇ ਜਾ ਰਹੇ ਥੇ ਕਿਸਾਨਾਂ ਵਾ ਪੱਥਰਬਾਜ਼ੀ ਕਰੀ ਜਾ ਰਹੀ ਥੀ ਉਹਨੂੰ ਕਰੀ ਜਾ ਰਹੀ ਥੀ ਬਈ ਹੁਣ ਤੇ ਭਾਗ ਜਾ ਕਿਸ ਤਰੀਓ ਔਰ ਜੋ 26 ਤਾਰੀਖ ਨਾ ਜੋ ਇਹਨਾ उधरम के नाम पर लड़वाने का काम करे तो उसमें कहीं ना कहीं कामयाब हो गए तो सिर्फ राकेश तखत के आंसू ना उसके जनसाला बसा उड़े दोबारा कि परमात्मा की शक्ति हमारे साथ थी उसने दोबारा आंदोलन ठा दिया आंदोलन नु जिंदा नु लगातार चल रहा नु ही चलेगा अब दो दिन त है यूपी में जो मंत्री है संजू बलियाना वो किसानों ने समझाने की गम्मा गम्मा मंगा कल भी वो तीन चार गम्मा मंगा उड़े उसका विरोध होया और आज भी वो गम्मा मजार था आज एक गांव का नाम तो मेरे याद नहीं आ रहा उसमें मजार था ਕਿਸਾਨਾ ਗੇਰ ਉਹਨਗੀ ਬੀਜੇਪੀ ਅਰੇਗੀ ਜੜਪ ਹੋਗੀ ਜੜਪ ਹੋਗੀ ਔਰ ਉਸਮੇ ਕਿਸਾਨ ਗਾਇਲ ਹੋ ਗਿਆ ਚੋਟ ਲੱਗੀ ਗਈ ਯੂ ਜੋ ਮਾਟਰ ਨਹੀਂ ਆਪਣੇ ਲਾਸੀ ਨੂੰ ਕੋਈ ਖੱਟੇ ਨਹੀਂ ਬਤਾਏ ਕਰਦਾ ਭਾਜੀਪੀ ਨਾ ਜਾਂ ਦੁਆਣੀਆਂ ਜ਼ਮੀਨਾਂ ਦਾ ਨਿਮਬਾਨੀ ਤੇ ਕਿਸੇ ਵੀ ਕੀਮਤ ਪਰ ਦੁਆਣੀਆਂ ਅਰ ਜੋ ਸਮਝਾਣ ਵਾਲਾ ਕਾਮਾ ਕਾਨੂੰਨ ਲੈਣੇ ਤੇ ਪਹਿਲਾਂ ਕਰਨਾ ਤਾਂ ਯੂ ਜੇਬ ਕਾਨੂੰਨ ਲੈ ਕੇ ਆਏ ਤੇ ਨਹੀਂ ਉਸ ਤੇ ਪਹਿਲਾਂ ਕਰ ਉਸ ਟਾਈਮ ਤੋਂ ਰਾਜ ਸਭਾ ਮਦਮ ਨੇ ਤੇ ਪਾਸ ਕਰਵਾ ਲਿਆ ਚੋਰ ਦਰਵਾਜੇ ਦਾ ਰਾਸ਼ਟਰਪਤੀ ਵਸਾਈਨ ਕਰਵਾ ਲੀਏ ਉਸ ਟਾਈਮ ਕਿਉਂ ਨਹੀਂ ਸਮਝਾਇਆ ਨਾ ਕਿਸੇ ਕੇ ਸਲਾਹ ਲਈ ਨਾ ਪੁੱਛੇ ਨਾ ਲੈਣਾ ਨਾ ਦੇਣਾ ਨਾ ਗਾਮਾ ਮਾਇ ਸਮਝਾਣ ਨਾ ਪੰਚਾਇਤ ਕਰੀ ਅੱਜ ਪੰਚਾਇਤਾਂ ਕਾ ਨਾਮ ਕੀ ਕਰ ਰਹੇ ਆਂ ਔਰ ਕਈ ਨਗੈ ਇਨਕਾ ਮੁੱਦੇ ਮਕਾਮ ਯਾ ਹੋ ਜੁਨੇ ਪਰ ਕਿਸਾਨ ਇਸ ਕਾਨੂੰਨ ਨਾ ਔਰ ਯਾ ਕਾਂਗਰਸ ਨੇ ਵੀ ਆਪਣੇ ਟਾਈਮ ਮੇ ਕਰੀ 2011 ਮੇ ਕਾਨੂੰਨ ਲੈਣ ਦੀ ਕੋਸ਼ਿਸ਼ ਕਰੀ ਬੇ ਜ਼ਰੂਰੀ ਨਹੀਂ ਬੀਜੇਪੀ ਨੇ ਕਰੀ ਇੰਨੇ ਵੀ ਕਰੀਆ ਪਰ ਜੋ ਕੰਮ ਕਾਂਗਰਸ ਨਹੀਂ ਕਰੀ ਸੀ ਬੀਜੇਪੀ ਉਹ ਸਾਰੇ ਕਰਦੇ ਜਾ ਰਹੀ ਚਸ਼ਮਾ ਮਤਲਬ ਜੀਐਸਟੀ ਉਹ ਜੋ ਕਾਂਗਰਸ ਲਾਉਣੇ ਦੀ ਕੋਸ਼ਿਸ਼ ਕਰੀ ਤੇ ਨਹੀਂ ਲਿਆ ਸਕਦੀ ਵੀ ਇਹ ਲਿਆਏ ਔਰ ਕਈਆਂ ਅਸੀ ਚੀਜ਼ਾਂ ਸੀ ਤੋਂ ਜਿਸ ਤੇ ਮੰਨ ਲੇ ਈ ਵੀਆ ਬੀਜੇਪੀ ਕਰ ਕਰ ਕੌਣ ਚੀਜ਼ਾਂ ਨਾ ਉਸ ਉਸ ਟਾਈਮ ਮੇ ਸਾਰੀ ਗਲਤ ਹੋਏ ਕਰੇ ਸੀ ਅੱਜ ਇਹ ਸਾਰੀ ਸਹੀ ਹੋ ਰਹੀ ਹੈ ਰਾਮ ਰਾਜ ਆ ਰਿਹਾ ਇਸ ਟਾਈਮ ਏਕ ਮਤਲਬ ਹੈ ਅੱਜ ਕੱਲ੍ਹ ਇਹ ਰਾਮ ਮੰਦਿਰ ਦੇ ਨਾਮ ਪਰ ਚੰਦਾ ਵੀ ਚੱਲ ਰਿਹਾ ਹੈ ਚੰਦਾ ਚੱਲ ਰਿਹਾ ਨਹੀਂ ਇਸ ਮਾਉਂ ਤੋ ਦੇਖੋ ਗਲਤ ਬਾਤ ਆ ਬੀਜੇਪੀ ਚੰਦੇ ਮਾਂ ਨੂੰ ਕਰੇ ਵੀ ਰਾਮ ਮੰਦਿਰਮ ਬਣਾਵਾਂਗੇ ਚੰਦਾ ਲੋਕਾਂ ਤੇ ਲੈ ਰਹੀ ਆਪ ਕਹੇ ਵੀ ਪਾਰਟੀ ਇੱਕ ਵੀ ਰੁਪਿਆ ਨਹੀਂ ਦੇਗੀ ਉਸਮੇ ਔਰ ਨਰੇ ਮੋਟੇ ਪੇਟ ਵਾਲੇ ਲਾਲੇ ਨਹੀਂ ਹੋਣ ਲਾਲੇ ਵਾ ਰੋਣ ਲੱਗ ਰਹੇ ਠਾਕਬਾਰ ਮੈਂ ਪਰਸੋ ਛੋਟਾ ਦੇਖੇ ਕੋ ਬੀਜੇਪੀ ਨੂੰ ਕੋ ਵੀ ਚਦਮੰਦਰ ਪਸੀ ਆਈਡੀ ਕੇ ਪੀ ਆਈਡੀ ਦੀ ਰੇਡ ਕਰਵਾਵਾਂਗੇ ਨਹੀਂ ਇਤਨਾ ਚੰਦਾ ਦੇ ਹੂੰ ਤੋ ਅੱਛੀ ਬਾਤ ਉਹਨਾਂ ਦਾ ਪੀਸਾ ਲਿਕੜਨਾ ਚਾਹੀਦਾ ਕਿ ਉਹ ਵੀ ਬੜੀ ਮਲਾਈ ਖਾ ਰਹੇ ਤੇ ਕਿਸਾਨ ਤਕਲੀਫ ਮਾਨੇ ਕੋਈ ਨਹੀਂ ਬੋਲ ਰਿਹਾ ਸਾਰੇ ਕਿਉਂਕਿ ਜਿਸ ਕੀ ਜਿਸ ਤਰ੍ਹਾਂ ਮਤਲਬ ਬ ਜਬ ਤਾਂ ਲੱਗ ਜਾਏਗਾ ਨਹੀਂ ਉਹੀ ਉਸਕੀ ਪੇੜ ਨਾ ਜਾਣਾ ਜਿਸ ਕਨ ਕੋਣ ਚੁਬੇਗੇ ਤੋ ਮਾਰਾ ਚੁਬਰੇ ਹਮ ਜਾਣਾ ਯਾ ਲੁਕੋਏ ਬੈਠੇ ਚੁਪਚਾਨ ਜਿਸ ਕੀ ਪੁੰਜੜੇ ਬੀਜੇਪੀ ਕੇ ਪੰਜੇ ਤੜਾ ਆ ਜੇਗੀ ਤੋ ਉਸਕਾ ਤੋ ਦੁਖ ਹੋਏਗਾ ਜੋਰ ਸਾ ਲਿਕੜ ਜਾਏਗਾ ਲਿਕੜ ਜਾਏਗਾ ਇਬਰਾਮ ਉਸ ਵਕਤ ਕਾਈ ਲਾਲੇ ਰੋਣ ਲੱਗ ਰਹੇ ਆ ਕਿ ਮਾਰ ਪਤ ਜਬਰਦਸਤੀ ਏਡੀ ਕੇ ਆਰਸੀ ਆਈਡੀ ਕੇ ਛਾਪੇ ਦਿਖਾ ਦਿਖਾ ਕੇ ਮਾਰ ਪਤ ਜਬਰਦਸਤੀ ਚੰਦਾ ਲਿਆ ਜਾ ਰਿਹਾ ਅੱਛੀ ਬਾਤ ਆ ਲਿਆ ਜਾਣਾ ਜੀ ਉਹਨ ਪਤੇ ਔਰ ਗਲਤ ਬਾਤ ਵੀ ਆ ਭਈ ਰਾਮ ਮੰਦਿਰ ਥਾਨ ਬਣਾਣਾ ਥਾ ਇਹ ਤਾਂ ਪਟੇਲ ਕੀ ਮੂਰਤੀ ਬਣਾ ਸਕੋ 3000 ਕਰੋੜ ਕੀ ਔਰ ਆਪਣੇ ਖਾਤਰ 1000 ਕਰੋੜ ਕਾ ਕਰੋੜ ਕੀ ਸੰਸਦ ਵੀ ਬਣਾ ਸਕੋ ਔਰ 700 ਕਰੋੜ ਪੈਨਾ ਹੋਏ ਖਰਚ ਕਰ ਸਕੋ

ਤੋ ਵੀਡੀਓ ਨਾ ਭਾਈ ਅੱਗੇ ਤੱਕੇ ਸ਼ੇਅਰ ਕਰਤੇ ਰਹੀਓ ਲਾਈਕ ਕਰਤੀਓ ਕਮੈਂਟ ਕਰ ਦਿਓ ਧੰਨਵਾਦ ਬਣਾ ਰੱਖੇ ਕੰਦ